ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆ ਨੂੰ ਹੁਣੇ-ਹੁਣੇ ਆਸਮਾਨ ਦੇ ਵਿੱਚ ਟਕਰਾਏ ਦੋ ਜਹਾਜ਼ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮਲੇਸ਼ੀਆ ਤੋਂ ਹਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਦੋ ਹੈਲੀਕਾਪਟਰ ਹਵਾ ਦੇ ਵਿੱਚ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਦੇ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਦੋਵੇਂ ਹੈਲੀਕਾਪਟਰ ਫੋਰਸ ਤੇ ਦਸਤੇ ਜਾ ਰਹੇ ਨੇ ਇਹ ਘਟਨਾ ਮਲੇਸ਼ੀਆ ਦੇ ਲਮੁੰਡ ਸ਼ਹਿਰ ਦੀ ਹੈ ਇਸ ਦੇ ਵਿੱਚ ਕੁੱਲ 10 ਸਕੂਲ ਮੈਂਬਰ ਨੇ ਮੁੱਲੀ ਜਾਨ ਗਾਇਨ ਸਰ ਕੋਈ ਵੀ ਨਹੀਂ ਬਚਿਆ ਜੀ ਹਾਂ ਇਹ ਘਟਨਾ ਉਦੋਂ ਵਾਪਰੀ ਜਦੋਂ ਮਲੇਸ਼ੀਆ ਦੀ ਰਾਇਲ ਮਲੇਸ਼ੀਅਨ ਨੀਵੀ ਦੇ ਸਲਾਨਾ ਸਮਾਗਮ ਦੀ ਰਿਹਾਰਸਲ ਚੱਲ ਰਹੀ ਸੀ ਆਸਤਾ ਰਾਇਲ ਮਲੇਸ਼ੀਅਨ ਨੇਵੀ ਬੇਸ ਤੇ ਹੋਇਆ ਜਿੱਥੇ ਆਉਣ ਵਾਲੇ ਤਿਉਹਾਰਾਂ ਦੇ ਪ੍ਰੋਗਰਾਮ ਲਈ ਰਿਹਰਸਲ ਚੱਲ ਰਹੀ ਸੀ ਇਸ ਬੁਲਾਰੀ ਨੇ ਨਿਊ ਸਟੇਟਸ ਟਾਈਮ ਨੂੰ ਦੱਸਿਆ ਹੈ ਕਿ ਫਾਇਰਫਾਈਟਰ ਇਸ ਸਮੇਂ ਪੀੜਤਾਂ ਨੂੰ ਕੱਢਣ ਦੀ ਪ੍ਰਕਿਰਿਆ ਦੇ ਵਿੱਚ ਨੇਵੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਸਾਰੇ ਸਵਾਰਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਉਹਨਾਂ ਦੀ ਪਛਾਣ ਲਈ ਲੂਮਟ ਆਰਮੀ ਬੇਸ ਹਸਪਤਾਲ ਜਾਇਆ ਗਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ